ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਾਨਸਾ ਦੇ ਬੱਸ ਸਟੈਂਡ ਤੋਂ 2 ਦਿਨ ਪਹਿਲਾਂ ਜਿਸ ਬੱਚੇ ਦੀ ਲਾਸ਼ ਮਿਲੀ ਸੀ, ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਬੱਚੇ ਦਾ ਨਾਮ ਅਗਮਜੋਤ ਦੱਸਿਆ ਜਾ ਰਿਹਾ ਹੈ, ਉਮਰ ਮਹਿਜ਼ 7 ਸਾਲ। ਇਲਜ਼ਾਮ ਲੱਗ ਰਹੇ ਨੇ ਅਗਮਜੋਤ ਦੀ ਮਾਂ ਉੱਤੇ ਕਿ ਮਾਂ ਨੇ ਹੀ ਆਪਣੇ ਮਾਸੂਮ ਬੱਚੇ ਦਾ, ਆਪਣੇ ਜਿਗਰ ਦੇ ਟੁਕੜੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਬੱਚੇ ਦੇ ਚਾਚੇ ਨੇ ਮਾਨਸਾ ਪਹੁੰਚ ਕੇ ਵੱਡਾ ਇਲਜ਼ਾਮ ਬੱਚੇ ਦੀ ਮਾਂ ਜੈਸਮੀਨ ਉੱਤੇ ਲਾਇਆ ਹੈ। ਜੈਸਮੀਨ ਨੂੰ ਬੱਚੇ ਦੇ ਚਾਚੇ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਕੁਝ ਕਿਹਾ ਬੱਚੇ ਦੇ ਚਾਚੇ ਨੇ ਆਪਣੇ ਬਿਆਨਾਂ ਦੇ ਵਿੱਚ, ਤੁਸੀਂ ਵੀ ਸੁਣੋ। ਮੈਨੂੰ ਸ਼ੱਕ ਪੈ ਰਿਹਾ ਵੀ ਇਕੱਲੀ ਦਾ ਕੰਮ ਤਾਂ ਨਹੀਂ ਹੋ ਸਕਦਾ, ਕਿਉਂਕਿ ਐਡੀ ਵੱਡੀ ਡੈੱਡ ਬੋਡੀ ਚੱਕ ਕੇ ਲਿਆਉਣੀ ਵੀ ਬਹੁਤ ਵੱਡੀ ਗੱਲ ਹੈ, ਇੱਥੇ ਇੰਨੀ ਭੀੜ ਦੇ ਵਿੱਚ ਰੱਖਣੀ। ਮੈਂ ਜੀ ਪਾਲਿਆ ਸੀ, ਮੇਰੇ ਹੱਥ ਤਾਂ ਪਲਿਆ ਜੀ ਉਹ, ਸੱਤ ਹੋ ਗਏ ਜੀ, 4 ਕੁ ਦਿਨ ਪਹਿਲਾਂ ਕੱਟ ਹੋਇਆ ਜੀ। ਮੇਰੀ ਦੁਕਾਨ 'ਤੇ ਖੜ ਕੇ ਆਇਆ ਗਾ, ਕੜਾ ਪਾਇਆ ਸਰਬਲੋ ਦਾ ਇੱਕ ਹੱਥ 'ਚ, ਇੱਕ 'ਚ ਚਾਂਦੀ ਰੰਗਾ ਕੜਾ ਪਾਇਆ, ਖੰਡੇ ਛਪੇ ਹੋਏ ਆ ਉਹਦੇ ਉੱਤੇ। ਅਤੇ ਉਹ ਜੈਸਮੀਨ ਨੂੰ ਜੋਤ ਕਿੱਥੇ ਹੈਗਾ, ਕਹਿੰਦੀ ਵੀ ਮੈਂ, ਕਹਿੰਦੀ ਉਹ ਤਾਂ ਉੱਥੇ ਹੈਗਾ, ਕਹਿੰਦੀ ਮੇਰੇ ਨਾਨਕੇ ਆ, ਆਪਦੇ ਨਾਨਕੇ ਛੱਡਿਆ, ਕਹਿੰਦੀ ਮੈਂ ਪੇਕਿਆਂ ਕੋਲ ਆ। ਮੈਂ ਜੋਤ ਲੱਗਦਾ ਤੂੰ ਮੰਨ ਜਾ ਗੱਲ ਨੂੰ, ਕਹਿੰਦੀ ਨਹੀਂ ਨਹੀਂ ਮੈਂ ਤਾਂ ਉੱਥੇ ਪੇਕੇ ਛੱਡਿਆ ਹੋਇਆ, ਕਹਿੰਦੀ ਉਹਨੇ ਘਰ ਭੇਜਿਆ। ਮੈਂ ਕਿਹਾ ਮੰਮੀ ਪਤਾ ਲੈ ਕੇ ਜਾ ਕੇ ਜਵਾਕ ਦਾ ਕਿ ਆਪਣਾ ਜਵਾਕ ਹੈਗਾ। ਅਤੇ ਜਦੋਂ ਮੰਮੀ ਇਹਨਾਂ ਦੇ ਘਰ ਆਈ ਅਤੇ ਮੰਮੀ ਨੂੰ ਇਹਨੇ ਜਵਾਬ ਦਿੱਤਾ, ਕਹਿੰਦੀ ਵੀ ਮੇਰੀ ਨਾਲ ਗੱਲ ਹੋ ਗਈ, ਕਹਿੰਦੀ ਹੁਣ ਤਾਂ ਉਹ ਸੁੱਤਾ ਪਿਆ ਹੈਗਾ ਵੀ ਮੇਰੇ ਨਾਲ ਗੱਲ ਹੋ ਗਈ, ਉਹ ਤਾਂ ਠੀਕ ਠਾਕ ਆ, ਕਹਿੰਦੀ ਨਹੀਂ ਤੂੰ ਇਹਦਾ ਮੁੰਡਾ ਕੋਈ ਹੋਰ ਹੈਗਾ। ਭਾਈ ਕੀ ਨਾਮ ਹੈ? ਅਮਨਦੀਪ ਸਿੰਘ ਜੀ। ਕੀ ਲੱਗਦਾ ਤੁਸੀਂ ਬੱਚੇ ਦੇ? ਚਾਚਾ ਜੀ ਮੈਂ। ਕੀ ਨਾਮ ਸੀ ਬੱਚੇ ਦਾ? ਅਗਮਜੋਤ ਸਿੰਘ ਹੈ ਜੀ। ਕਿੰਨੀ ਉਮਰ ਸੀ ਉਹਦੀ? 8 ਸਾਲ ਦੀ ਸੀ। ਲੱਗਦਾ ਕੱਲ ਪਰਸੋਂ ਦਾ ਉਹ ਬੱਚਾ ਪਿਆ, ਤੁਹਾਨੂੰ ਕਿਵੇਂ ਪਤਾ ਲੱਗਿਆ, ਕਿਵੇਂ ਪਹੁੰਚਿਆ? ਮੈਂ ਜੀ ਦਿੱਲੀ ਜਾ ਰਿਹਾ ਸੀ ਮਾਲ ਲੈਣ, ਮੇਰੀ ਦੁਕਾਨ ਦੀ ਦੁਕਾਨ ਆ, ਮੇਲਾ ਲਾਉਣਾ ਮੈਂ, ਅਤੇ ਉੱਥੇ ਦਿੱਲੀ ਮੈਂ ਉੱਥੇ ਦਿੱਲੀ ਜਾ ਕੇ ਮੈਂ ਰਾਹ 'ਚ ਮੈਨੂੰ ਪਤਾ ਲੱਗਿਆ ਵੀ ਬੱਚੇ ਆਪਣਾ ਲੱਗ ਰਿਹਾ। ਮੈਂ ਘਰ ਫੋਨ ਕਰਿਆ ਵੀ ਕਹਿੰਦੇ ਵੀ ਮੈਂ ਵੀ ਜੈਸਮੀਨ ਉਹਦਾ ਨਾਂ ਸਾਡੇ ਜੈਸਮੀਨ ਰੱਖਿਆ ਹੋਇਆ ਮੇਰੇ ਭਰਜਾਈ ਦਾ, ਅਤੇ ਉਹ ਮੈਂ ਜੈਸਮੀਨ ਜੋਤ ਕਿੱਥੇ ਹੈਗਾ, ਕਹਿੰਦੀ ਵੀ ਮੈਂ, ਕਹਿੰਦੀ ਉਹ ਤਾਂ ਉੱਥੇ ਹੈਗਾ, ਕਹਿੰਦੀ ਮੇਰੇ ਨਾਨਕੇ ਆ, ਆਪਦੇ ਨਾਨਕੇ ਛੱਡਿਆ ਹੋਇਆ, ਕਹਿੰਦੀ ਮੈਂ ਪੇਕਿਆਂ ਕੋਲ ਆ। ਮੈਂ ਜੋਤ ਲੱਗਦਾ ਤੂੰ ਮੰਨ ਜਾ ਗੱਲ ਨੂੰ, ਕਹਿੰਦੀ ਨਹੀਂ ਨਹੀਂ ਮੈਂ ਤਾਂ ਉੱਥੇ ਪੇਕੇ ਛੱਡਿਆ ਹੋਇਆ, ਕਹਿੰਦੀ। ਅਤੇ ਉਦੋਂ ਬਾਅਦ ਮੈਂ ਫਿਰ ਕੌਲ ਕੱਟਤੀ, ਮੈਂ ਛੋਟੀ ਭੈਣ ਨੂੰ ਲਾਇਆ ਜਿਹੜੀ ਹੁਣ ਇੱਥੇ ਆਈ ਹੋਈ ਹੈ, ਅਤੇ ਮੈਂ ਵੀ ਉਹਨੇ ਮੈਨੂੰ ਫਿਰ ਫੋਨ ਕਰਿਆ, ਬਾਈ ਕਹਿੰਦੀ ਆਪਣਾ ਜੋਤ ਹੈ। ਮੈਂ ਫਿਰ ਫੋਨ ਲਾਇਆ, ਮਨ ਨਹੀਂ ਟਿਕਿਆ ਵੀ ਮੈਂ ਕਿਹਾ ਵੀ ਸੱਚੀ ਗੱਲ ਦੱਸ ਦੇ ਤੂੰ ਵੀ ਆਪਣਾ ਜੋਤ ਹੈ ਤੂੰ, ਮੈਂ ਸੱਚੀ ਗੱਲ ਕਿਉਂ ਨਹੀਂ ਦੱਸਦੀ, ਕਹਿੰਦੀ ਤੂੰ ਤਾਂ ਮੇਰੇ 'ਤੇ ਸ਼ੱਕ ਕਰਦਾ, ਕਹਿੰਦੀ ਤੂੰ ਇਹ ਇੰਨੀ ਗੱਲ ਹੈ ਨਹੀਂ, ਕਹਿੰਦੀ। ਅਤੇ ਕਹਿੰਦੀ ਵੀ ਉਦੋਂ ਬਾਅਦ ਕਹਿੰਦੀ ਵੀ ਹਾਂ, ਮੇਰੀ ਮੰਮੀ ਨੂੰ ਭੇਜਿਆ ਹੱਥ 'ਚ ਮੈਂ ਘਰ, ਆਪਦੀ ਮੇਰੀ ਮੰਮੀ ਅੱਡ, ਅਸੀਂ ਅੱਡ ਰਹਿੰਦੇ ਹਾਂ, ਖੇਤ ਰਹਿੰਦੇ ਹਾਂ, ਉਹਨੇ ਘਰ ਭੇਜਿਆ। ਮੈਂ ਕਿਹਾ ਮੰਮੀ ਪਤਾ ਲੈ ਕੇ ਜਾ ਕੇ ਜਵਾਕ ਦਾ ਵੀ ਆਪਣਾ ਜਵਾਕ ਹੈਗਾ। ਅਤੇ ਜਦੋਂ ਮੰਮੀ ਇਹਨਾਂ ਦੇ ਘਰ ਆਈ ਅਤੇ ਮੰਮੀ ਨੂੰ ਇਹਨੇ ਜਵਾਬ ਦਿੱਤਾ, ਕਹਿੰਦੀ ਵੀ ਮੇਰੀ ਨਾਲ ਗੱਲ ਹੋ ਗਈ, ਕਹਿੰਦੀ ਹੁਣ ਤਾਂ ਉਹ ਸੁੱਤਾ ਪਿਆ ਹੈਗਾ ਵੀ ਮੇਰੇ ਨਾਲ ਗੱਲ ਹੋ ਗਈ, ਉਹ ਤਾਂ ਠੀਕ ਠਾਕ ਆ, ਕਹਿੰਦੀ ਨਹੀਂ ਤੂੰ ਇਹਦਾ ਮੁੰਡਾ ਕੋਈ ਹੋਰ ਹੈਗਾ, ਇਹ ਗੱਲ ਹੋਈ ਹੈ। ਇਹਦੇ ਪਿਓ ਦਾ ਨਾਂ ਹਰਦੀਪ ਸਿੰਘ ਹੈ ਜੀ, ਅਤੇ ਇਹਦੀ ਸਾਡੇ ਘਰ ਘਰੇ ਤਾਂ ਇਹਦਾ ਨਾਂ ਜੈਸਮੀਨ ਹੈ ਜੀ, ਊਂ ਉਹਦਾ ਨਾਂ ਪਤਾ ਨਹੀਂ ਵੀ ਸਾਨੂੰ ਕੀ ਹੈਗਾ, ਊਂ ਵੀਰਪਾਲ ਕਹਿੰਦੇ ਆ ਜੀ। ਸਾਡਾ ਪਿੰਡ ਤਲਵੱਡੀ ਸਾਬੂ ਹੈ ਜੀ, ਅਤੇ ਇਹਨਾਂ ਦਾ ਪਿੰਡ ਹਲੇ ਸਾਨੂੰ ਕੁਛ ਨਹੀਂ ਪਤਾ ਜੀ। ਨਾ ਜੀ, ਇਹਨਾਂ ਦੀ ਲਵ ਮੈਰਿਜ ਹੋਈ ਸੀਗੀ, ਅਤੇ ਵੀ ਇਹਨੇ ਸਾਡਾ ਉਹਨੂੰ ਕੋਈ ਪਤਾ ਨਹੀਂ ਵੀ ਸਾਨੂੰ ਕਾਰਨ ਜੀ, ਇਹਨੂੰ ਪਏ ਸੀ ਇਹਨੂੰ ਪਤਾ ਜੀ, ਸਾਨੂੰ ਕੁਛ ਨਹੀਂ ਪਤਾ ਲੱਗ ਰਿਹਾ। ਇਸ ਟਾਈਮ ਉਹ ਡੈੱਡ ਬੋਡੀ ਦਾ ਹਸਪਤਾਲ 'ਚ ਪਈ ਹੈ ਜੀ, ਅਤੇ ਉਹ ਇਹਨਾਂ ਦੀ ਕਸਟਡੀ 'ਚ ਆ ਗਈ, ਉਹ ਰਾਤ ਮੈਂ ਬੁਲਾਈ ਸੀਗੀ ਨਾਲ ਵੀ ਮੈਂ ਕਿਹਾ ਤੂੰ ਆ ਇੱਥੇ ਆ ਕੇ ਗੱਲ ਕਰਨਾ। ਹਾਂ, ਉਹ ਹੁਣ ਇਹਨਾਂ ਇੱਥੇ ਲੈ ਕੇ ਆਉਂਦੀ ਹੈ ਸੀ ਜੀ, ਹਾਂ ਕਿਹੜਾ ਸਾਡੇ ਕੋਲ ਆ, ਉੱਥੇ ਬੁਲਾਈ ਆ ਉਹਨੂੰ, ਪੁੱਛ ਗਿੱਛ ਕਰੀ ਜਾਂਦੇ ਜੀ। ਬਾਕੀ ਗੱਲ
ਮੈਂ ਜੀ ਪਾਲਿਆ ਸੀ, ਮੇਰੇ ਹੱਥ ਤਾਂ ਪਲਿਆ ਜੀ ਉਹ, ਸੱਤ ਹੋ ਗਏ ਜੀ, ਆ ਚਾਰ ਕੁ ਦਿਨ ਪਹਿਲਾਂ ਕੱਟ ਹੋਇਆ ਜੀ। ਮੇਰੀ ਦੁਕਾਨ ਤੇ ਖੜ ਕੇ ਆਇਆ ਗਾ, ਕੜਾ ਪਾਇਆ ਸਰਬਲੋ ਦਾ, ਇੱਕ ਹੱਥ ਚ ਇੱਕ ਚ ਚਾਂਦੀ ਰੰਗਾ ਕੜਾ ਪਾਇਆ, ਖੰਡੇ ਛਪੇ ਹੋਏ ਆ ਉਹਦੇ ਉੱਤੇ। ਮੰਗ ਦੋ ਇਨਸਾਫ ਚਾਹੀਦਾ ਸਾਨੂੰ, ਸਾਡਾ ਬੱਚਾ ਬੇਦਰਦ ਮੌਤ ਮਾਰਿਆ ਗਿਆ ਜੀ, ਸਾਨੂੰ ਇਹੀ ਚਾਹੀਦਾ। ਵੀ ਇਹ ਇਕੱਲੀ ਨੀ ਗੀ, ਕਈ ਜਾਣੇ ਹੈ, ਮੈਨੂੰ ਸ਼ੱਕ ਪੈ ਰਿਹਾ ਵੀ ਇਕੱਲੀ ਦਾ ਕੰਮ ਤਾਂ ਨਹੀਂ ਹੋ ਸਕਦਾ, ਕਿਉਂਕਿ ਐਡੀ ਵੱਡੀ ਡੈੱਡ ਬੋਡੀ ਚੱਕ ਕੇ ਲਿਆਉਣੀ ਵੀ ਬਹੁਤ ਵੱਡੀ ਗੱਲ ਹੈ, ਇੱਥੇ ਇੰਨੀ ਭੀੜ ਦੇ ਵਿੱਚ ਰੱਖਣੀ, ਇਹ ਇਨਸਾਫ ਚਾਹੀਦਾ ਜੀ। ਇਸਦਾ ਦੋਨੇ ਹੱਥ ਬੇਨਤੀ ਹੈ, ਸਾਡਾ ਆਪਦਾ ਜਵਾਕ ਤਾਂ ਜੇਲ੍ਹ 'ਚ ਬੈਠਾ ਜੀ, ਸਾਨੂੰ ਹੁਣ ਇਹ ਪਤਾ ਲੱਗ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹਨੇ ਕਰਤਾ ਇਹ ਕੰਮ।